ਵਾ, ਲੇਕਿਨ ਵੇਖੋ ਹਰਕਤ ਚ ਬਰਕਤ ਹੈ ਨਾ। ਠੀਕ ਹੈ ਜੀ, ਹੁਣ ਤੁਸੀਂ ਵੀ ਹਰਕਤ ਕਰੋ ਤੇ ਅੱਲਾ ਪਾਕ ਬਰਕਤ ਪਾਏਗਾ। ਹੋਸ਼ ਹਾਂਜੀ ਜਨਾਬ, ਅਸਲਾਮ ਵਾਲੇਕੁਮ। ਸੋਹਣਿਓ, ਕਹਿੰਦੇ ਨੇ ਕਿ ਜੋ ਵੀ ਤੁਹਾਡੇ ਦਿਲ ਦੇ ਵਿੱਚ ਜਾਂ ਤੁਹਾਡੀ ਕੋਈ ਤਮੰਨਾ ਹੁੰਦੀ ਹੈ ਨਾ, ਉਹਨੂੰ ਪਾਉਣ ਦੀ ਕੋਸ਼ਿਸ਼ ਕਰਿਆ ਕਰੋ। ਅਤੇ ਤੁਹਾਨੂੰ ਪਤਾ ਸੱਲੂ ਭਾਈ ਐਜ਼ ਯੂਜੂਅਲ ਜਨਾਬ ਪੋਜ਼ੀਟਿਵ ਜਿਹੜਾ ਨਾ ਆਪਣੇ ਮਾਇੰਡ ਦੇ ਵਿੱਚ ਰੱਖਦੇ ਨੇ, ਕੋਈ ਵੀ ਚੀਜ਼ ਹੈ ਤਮੰਨਾ ਕਰਦੇ ਨੇ ਜਾਂ ਕੋਈ ਵੀ ਚੀਜ਼ ਵੇਖਦੇ ਨੇ ਅਤੇ ਉਹ ਸੋਚਦੇ ਹੁੰਦੇ ਨੇ ਕਦੀ ਯਾਰ ਵੇਖਾਂਗੇ। ਇਮਾਨਦਾਰੀ ਦੀ ਗੱਲ ਜੇ ਸ਼ਾਇਦ ਤੁਸੀਂ ਵੀ, ਮੈਂ ਵੀ, ਤੁਸੀਂ ਵੀ, ਹਰ ਬੰਦੇ ਨੇ ਜਨਾਬ ਵੇਖਿਆ ਹੋਣੀਆਂ ਨੇ ਜਨਾਬ ਐਂਦੇ ਜਨਾਬ ਪੱਖੇ। ਠੀਕ ਹੈ ਜੀ, ਇਹ ਤੁਸੀਂ ਪੱਖੇ ਵੇਖਦੇ ਹੋ, ਇਹ ਪੱਖਾ, ਠੀਕ ਹੈ ਜੀ। ਐਂਦਾ ਨਾ ਫਿਲਮਾਂ ਦੇ ਵਿੱਚ ਮੈਂ ਬੜੇ ਵੇਖਦਾ ਨਾ ਹਾਂ, ਇਹ ਤਾਂ ਇਕੱਲਾ ਲੱਗਾ ਵੇ ਨਾ, ਫਿਲਮਾਂ ਦੇ ਵਿੱਚ ਵੇਖਦਾ ਨਾ ਹਾਂ। ਨਦਰਲੈਂਡ ਦੇ ਵਿੱਚ ਮੈਨੂੰ ਯਾਦ ਹੈ, ਨਦਰਲੈਂਡ ਦੇ ਵਿੱਚ ਨਾ ਐਂਦੇ ਬੜੇ ਲੱਗੇ ਨੇ। ਨਦਰਲੈਂਡ ਦੇ ਵਿੱਚ ਵੀ ਜਿੱਥੇ ਜਿੱਥੇ ਨਾ ਇਹਨੂੰ ਕਹਿੰਦੇ ਨੇ ਵਿੰਡ ਜਿਹਾ ਨਾ, ਵਿੰਡ ਫੈਨ, ਉਹਦੇ ਵਾਸਤੇ ਕੀ ਕਹਿੰਦੇ ਨੇ, ਸੋਲਰ, ਜਿਹਦੇ ਸੂਰਜ ਦੀ ਰੋਸ਼ਨੀ ਤੋਂ ਉਹਦੇ ਹਵਾਵਾਂ ਦੇ ਨਾਲ ਜਿਹੜਾ ਲਾਈਟ ਬਣਾਉਂਦਾ ਵੇ। ਠੀਕ ਹੈ ਜੀ, ਅਤੇ ਮੈਂ ਜਨਾਬ ਕਦੀ ਵੀ ਜਦੋਂ ਫਿਲਮ ਵੇਖਦਾ ਨਾ ਹੈ ਨਾ, ਤਾਂ ਯਾਰ ਮੈਂ ਸੋਚਦਾ ਹਾਂ ਯਾਰ ਕਦੀ ਸੱਲੂ ਭਾਈ ਜੀ ਮੈਂ ਜਿਹੜਾ ਓਰੀਜਨਲ ਦੇ ਵਿੱਚ ਵੀ ਜਾ ਕੇ ਵੇਖਾਂਗਾ ਕਿਤਲੇ ਜਨਾਬ ਐਡਾ ਵੱਡਾ ਪੰਖਾ ਲੱਗਾ ਆ। ਇਹ ਤਾਂ ਬਿਲਕੁਲ ਇਹ ਵੀ ਛੋਟਾ ਵੇ, ਨਦਰਲੈਂਡ ਦੇ ਵਿੱਚ ਬੜੇ ਬੜੇ ਵੱਡੇ ਲੱਗੇ ਨੇ। ਠੀਕ ਹੈ ਜੀ, ਅਤੇ ਉਹ ਜਨਾਬ ਤੁਹਾਨੂੰ ਸੱਲੂ ਭਾਈ ਜੀ ਜਨਾਬ ਕਦੀ ਨਦਰਲੈਂਡ ਜਾ ਕੇ ਉਹ ਵੀ ਵਹਾਣਗੇ। ਲੇਕਿਨ ਅੱਜ ਜਨਾਬ ਲੂਰ ਲੂਰ ਫਿਰਦੇ ਫਿਰਦੇ ਇਹ ਜਨਾਬ ਵੀ ਨਜ਼ਰ ਆਇਆ, ਮੈਂ ਕਿਹਾ ਚਲੋ ਅੱਜ ਜਨਾਬ ਸੱਲੂ ਭਾਈ ਨੇ ਆਪੀ ਵੀ ਆਪਣੀ ਅੱਖਾਂ ਦੇ ਨਾਲ ਜਾਣਾ ਪਹਿਲੀ ਵਾਰੀ ਆ ਵੇਖਿਆ ਵੇ, ਅਤੇ ਜਨਾਬ ਤੁਹਾਨੂੰ ਜਾਣਾ ਵਹਾਇਆ ਵੇ। ਠੀਕ ਹੈ ਜੀ, ਅਤੇ ਲਓ ਜਨਾਬ ਮੈਂ ਕਹਿੰਦਾ ਵਾ ਭਾਈ ਜਾਨ, ਕੋਈ ਵੀ ਤੁਹਾਡੇ ਦਿਲ ਦੇ ਵਿੱਚ ਤਮੰਨਾ ਵੇ, ਕੁਛ ਵੀ ਹੈ ਨਾ ਜਨਾਬ, ਉਹਦੇ ਵਾਸਤੇ ਜਨਾਬ ਮਿਹਨਤ ਵੀ ਕਰਿਆ ਕਰੋ। ਠੀਕ ਹੈ ਜੀ, ਕੋਸ਼ਿਸ਼ ਵੀ ਕਰਿਆ ਕਰੋ, ਇਹ ਨਾ ਸੋਚਿਆ ਕਰੋ ਯਾਰ ਹੋਣਾ ਹੀ ਨਹੀਂ। ਠੀਕ ਹੈ ਜੀ, ਮਿਹਨਤ ਕਰੋ, ਠੀਕ ਹੈ ਜੀ, ਕੋਸ਼ਿਸ਼ ਕਰੀ ਜਾਓ ਅਤੇ ਪੋਜ਼ਿਟਿਵ ਰਹੋ, ਅੱਗੋਂ ਅੱਲਾ ਪਾਕ ਰਹਿਮਤਾਂ ਕਰ ਜਾਂਦਾ। ਵੇਖੋ ਹਾਂ, ਮੈਂ ਕੋਈ ਇਹ ਸੋਚ ਕੇ ਆਈ ਨਹੀਂ ਸਾਜੀ ਹੈ ਕਿ ਰੋਮ ਦੇ ਵਿੱਚ ਮੈਨੂੰ ਇੰਝ ਦਾ ਕੋਈ ਪੰਖਾ ਵੀ ਲੱਭੇਗਾ ਜਨਾਬ, ਮੈਂ ਦੀ ਮੈਂ ਵੀਡੀਓ ਬਣਾਵਾਂਗਾ। ਲੇਕਿਨ ਵੇਖੋ ਹਰਕਤ 'ਚ ਬਰਕਤ ਹੈ ਨਾ। ਠੀਕ ਹੈ ਜੀ, ਹੁਣ ਤੁਸੀਂ ਵੀ ਹਰਕਤ ਕਰੋ ਅਤੇ ਅੱਲਾ ਪਾਕ ਬਰਕਤ ਪਾਏਗਾ। ਖੁਸ਼ ਰਹੋ, ਹੱਸਦੇ ਵਸਦੇ ਰਹੋ। ਪਾਕਿਸਤਾਨ ਜ਼ਿੰਦਾਬਾਦ।